ਹਾਂਜੀ ਵੀਰੋ ਸਭ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਜਿੰਨੇ ਵੀ ਵੀਰ ਸੱਜਣ ਦੋਸਤ ਮਿੱਤਰ ਚੈਨਲ ਤੇ ਨਵੇਂ ਆਏ ਨੇ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਨਾਲ ਲੱਗੇ ਬੈਲ ਆਈਕਨ ਨੂੰ ਆਲਟੇਪ ਜਰੂਰ ਪ੍ਰੈਸ ਕਰ ਲਿਓ ਜੀ ਤਾਂ ਜੋ ਆਉਣ ਵਾਲੀ ਹਰੇਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਤੇ ਤੇ ਆਪਲਾ ਨੰਬਰ ਜੀ ਸਕਰੀਨ ਦੇ ਉੱਪਰ ਸ਼ੋਅ ਰਿਹਾ ਉਸ ਤੇ ਤੁਸੀਂ ਕਿਸੇ ਵੀ ਵਹੀਕਲ ਦੀਆਂ ਬਾਕੀ ਕਿਸੇ ਵੀ ਤਰ੍ਹਾਂ ਦੀ ਐਡ ਲਗਵਾ ਸਕਦੇ ਹੋ ਜੀ ਉਹਦੀਆਂ ਪੰਜ ਤੋਂ ਸੱਤ ਫੋਟੋਆਂ ਬਾਕੀ ਜਾਣਕਾਰੀ ਭੇਜ ਕੇ ਆਪਣੀ ਐਡ YouTube ਤੇ ਜੱਟਾਂ ਦੇ ਚੈਨਲ ਤੇ ਫ੍ਰੀ ਵਿੱਚ ਕਰਵਾ ਸਕਦੇ ਹੋ ਜੀ ਦੇ ਵਿੱਚ ਸੇਵਾ ਤੇ ਲੈ ਕੇ ਆਂ ਜੀ ਛੇ ਸੰਦ ਬਕਾਉ ਨੇ ਤੇ ਸਾਰੇ ਵੀਰਾਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਲਗਾਤਾਰ ਦੇਖਿਓ ਜੀ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਵੀਡੀਓ ਵਿੱਚ ਪਹੁੰਚੇ ਬਹੁਤ ਘੱਟ ਮਾਰਨ ਦੀ ਕੋਸ਼ਿਸ਼ ਕਰਾਂਗੇ ਵੀਰਾਂ ਤੇ ਪਹਿਲਾਂ ਸਭ ਤੋਂ ਸੇਲ ਬਾਤ ਲੈ ਕੇ ਆਏ ਜੀ ਨਿਊ ਹੋਰਲੈਂਡ 3630 ਸਪੈਸ਼ਲ ਐਡੀਸ਼ਨ ਸਪੈਸ਼ਲ ਐਡੀਸ਼ਨ ਪਲੱਸ ਟਰੈਕਟਰ ਵਿਕਿਆਊਗਾ ਜੀ ਮਾਡਲ ਦੀ ਗੱਲ ਕਰੀਏ 2020 ਮਾਡਲ ਹੈ ਜੀ 370 ਘੰਟਾ ਟਰੈਕਟਰ ਚੱਲਿਆ ਹੈ ਜੀ ਲਗਭਗ 370 ਘੰਟਾ ਟਰੈਕਟਰ ਚੱਲਿਆ ਹੈ ਜੀ ਫਰਸਟ ਪਾਰਟੀ ਟਰੈਕਟਰ ਹੈ ਜੀ ਫਰਸਟ ਓਨਰ ਹੈ ਤੇ ਪੀ ਵੀ 13 ਨੰਬਰ ਹੈ ਜੀ ਸੰਗਰੂਰ ਨੋ ਬਰਾ ਟਰੈਕਟਰ ਹੈ ਜੀ ਟਾਇਰ ਨੇ ਜੋ ਟਰੈਕਟਰ ਦੇ ਜੀ 75 80% ਟਾਇਰ ਪੈਨੇ ਜੀ ਨਾਲ ਦੇ ਟਾਇਰ ਨੇ ਤੇ ਕੰਡੀਸ਼ਨ ਦੇਖ ਸਕਦੇ ਹੋ ਜੀ ਫਾਈਬਰ ਦੀ ਛਾਤਰੀ ਲੱਗੀ ਹੋਈ ਆ ਮਿਊਜ਼ਿਕ ਸਿਸਟਮ ਲੱਗਾ ਜੀ ਪਾਵਰ ਸਟੀering ਹੈ ਡਬਲ ਕਲੱਚ ਹੈ ਜੀ ਸਾਈਡ ਗਿਅਰ ਹੈ ਡਬਲ ਡੈਸ਼ਟਰੀਬਿਊਟਰ ਆ ਜੀ ਬਾਕੀ ਓਕੇ ਕੰਡੀਸ਼ਨ ਚ ਪਿਆ ਸਾਰੇ ਮੀਟਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਜੀ ਵੱਡਾ ਸਕਰੀਨ ਤੇ ਸ਼ੋਰੀਆਂ ਨੇ ਆਲਮੀਟਰ ਜੀ ਵਰਕਿੰਗ ਚ ਨੇ ਕੋਈ ਮੀਟਰ ਨਹੀਂ ਖੜਾ ਜੀ ਬਾਕੀ ਓਕੇ ਕੰਡੀਸ਼ਨ ਚ ਪਿਆ ਬਈ ਲੈ ਸਮੇਂ ਚਰਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਜੀ ਮਾਲਕ ਵੱਲੋਂ ਫੁੱਲ ਗਾਰੰਟੀ ਹੈ ਇੰਜਨ ਗੇਅਰ ਲੈਫਟ ਪੰਪ ਦਾ ਫੁੱਲ ਓਕੇ ਆ ਜੀ ਰੇਟ ਵੀ ਨੇ ਰੱਖਿਆ ਜੀ 7 ਲੱਖ 60 7,60,000 ਰੁਪਏ ਰੇਟ ਰੱਖਿਆ ਵੀ ਨੇ 7,60,000 ਰੁਪਏ ਜੀ ਤੇ ਕੰਟੈਕਟ ਨੰਬਰ ਸਕਰੀਨ ਉੱਪਰ ਸ਼ੋਅਰ ਹੈ ਜੀ ਨੰਬਰ ਨੂੰ ਤੁਸੀਂ ਨੋਟ ਕਰਕੇ ਵਿਰਾਨਾ ਨਾਲ ਕੰਟੈਕਟ ਕਰਕੇ ਜੀ ਗੱਲਬਾਤ ਕਰਕੇ ਨਿਊ ਹੋਰਲੈਂਡ 3630 ਸਪੈਸ਼ਲ ਐਡੀਸ਼ਨ ਪਲੱਸ ਟਰੈਕਟਰ ਖਰੀਦ ਸਕਦੇ ਹੋ ਜੀ ਜਿਹੜੇ ਬੰਦਾਂ ਦੇ ਚਾਹਵਨ ਨੇ ਜੀ ਬਾਕੀ ਵੀ ਦੱਸਦੇ ਕਿ ਵੀਡੀਓ 'ਚ ਜੋ ਵੀ ਵੀ ਨੇ ਰੇਟ ਰੱਖਿਆ ਹੁੰਦਾ ਜੀ ਉਹ ਇੱਕ ਤਰ੍ਹਾਂ ਦੀ ਡਿਮਾਂਡ ਰੱਖੀ ਹੁੰਦੀ ਆ ਬਾਕ ਤੁਸੀਂ ਵਿਰਾਣਾ ਕੰਟੈਕਟ ਕਰਕੇ ਜੀ ਕੋ ਸਹੀ ਰੇਟ ਪੁੱਛ ਸਕਦੇ ਹੋ ਕਿ ਮੇਰੇ ਮੌਕੇ ਤੇ ਕਿੰਨਾ ਕੁ ਲੈਸੋ ਹੋ ਸਕਦੇ ਨੇ ਜੀ ਤੇ ਅੱਗੇ ਸੇਲਵਾ ਤੇ ਲੈ ਕੇ ਆਇਆ ਜੀ ਰੋਟਾਵੀਟਰ ਬਕਾਉਆ ਜੀ ਲੈਂਡ ਫੋਰਸ ਕੰਪਨੀ ਦਾ ਰੋਟਾਵੀਟਰ ਹੈ ਜੀ ਮਾਡਲ ਦੀ ਗੱਲ ਕਰੀਏ ਜੀ 2019 ਮਾਡਲ ਹੈ ਕੰਡੀਸ਼ਨ ਦੇਖ ਸਕਦੇ ਹੋ ਜੀ ਏਰੀਆ ਹੈਗਾ ਬਿਰਦਾ ਪੁਆਣੀਗੜ੍ਹ ਜੀ ਡਿਸਟ੍ਰਿਕਟ ਸੰਗਰੂਰ ਹੈ ਤੇ ਲੈ ਸਮੇ ਤੁਸੀਂ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਜੀ ਬਿਨਾ ਮਿਊਜ਼ ਬਿਨਾ ਮਸ਼ੀਨ ਤੋਂ ਜੀ ਇੱਕ ਸਾਈਡਡ ਤਬੀ ਲੱਗੀ ਹੋਇਆ ਰੋਟਾਵੇਟਰ ਤੇ ਬਾਕੀ ਕਿਤੇ ਕੋਈ ਬਾਜ ਨਹੀਂ ਹੈ ਕਿ ਜੇ ਆਲ ओरिजिनल ਪੇਂਟ ਹੈ ਬਾਕੀ ਓਕੇ ਕੰਡੀਸ਼ਨ ਚ ਪਿਆ ਜੀ ਤੇ ਰੇਟ ਵੀ ਇਹਨੇ ਰੱਖਿਆ ਜੀ 87000 ਰੁਪਏ ਰੇਟ ਰੱਖਿਆ ਵੀ ਇਹਨੇ 87000 ਰੁਪਏ ਜੀ ਬਾਕੀ ਵਿਰਾਨਾ ਕੰਟੈਕਟ ਕਰਕੇ ਜੀ ਪੁੱਛ ਸਕਦੇ ਹੋ ਕਿ ਮੌਕੇ ਤੇ ਕਿੰਨਾ ਕਲਸ ਹੋ ਸਕਦੇ ਨੇ ਰੇਟ ਵੀ ਇਹਨੇ ਰੱਖਿਆ ਜੀ 87000 ਰੁਪਏ ਕੰਟੈਕਟ ਨੰਬਰ ਸਕਰੀਨ ਉੱਪਰ ਸ਼ੋਅ ਰਿਹਾ ਨੰਬਰ ਨੂੰ ਤੁਸੀਂ ਨੋਟ ਕਰਕੇ ਵਿਰਾਨਾ ਕੰਟੈਕਟ ਕਰਕੇ ਜੀ ਲੈਂਡ ਫੋਰਸ ਰੋਟਾਵੇਟਰ ਖਰੀਦ ਸਕਦੇ ਹੋ ਜੀ ਤੇ ਜਿਹੜੇ ਬੰਲਾਂ ਦੇ ਚਾਵਾਂ ਨੇ ਜੀ ਖਰੀਦ ਸਕਦੇ ਹੋ ਲੈਂਡ ਫੋਰਸ ਰੋਟਾਵੇਟਰ ਜੀ ਤੇ ਅੱਗੇ ਸੇਲਵਾ ਤੇ ਲੈ ਕੇ ਆਏ ਜੀ ਫਾਰਮ ਟਰੈਕ 60 ਟਰੈਕਟਰ ਵਿਕਿਆ ਹੋਇਆ ਜੀ ਫਾਰਮ ਟਰੈਕ 60 ਟਰੈਕਟਰ ਵਿਕਿਆ ਹੋਇਆ ਜੀ ਮਾਡਲ ਦੀ ਗੱਲ ਕਰੀਏ 1998 ਮਾਡਲ ਹੈ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਡਬਲ ਕਲੱਚ ਹੈ ਜੀ ਸਿੰਪਲ ਸਟੀਅਰਿੰਗ ਹੈ ਜੀ ਸੈਂਟਰ ਗੇਅਰ ਟਰੈਕਟਰ ਹੈ ਸਿੰਗਲ ਡਬਲ ਕਲੱਚ ਹੈ ਜੀ ਤੇ ਬਾਕੀ ਸੈਂਟਰ ਗੇਅਰ ਟਰੈਕਟਰ ਹੈ ਜੀ ਡਬਲ ਕਲੱਚ ਹੈ ਤੇ ਸਿੰਪਲ ਸਟੀਅਰਿੰਗ ਨਾਲ ਹੈ ਜੀ ਬਾਕੀ ਓਕੇ ਕੰਡੀਸ਼ਨ ਚ ਪਿਆ ਲੈ ਸਮੇਂ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਕਿਤੇ ਕੋਈ ਕਮੀ ਨਹੀਂ ਹੈਗੀ ਮਾਲਕ ਵੱਲੋਂ ਫੁੱਲ ਗਾਰੰਟੀ ਹੈ ਜੀ ਟਰੈਕਟਰ ਤੇ ਨਿਊ ਬੈਟਰੀ ਰੱਖੀ ਹੋਈ ਹੈ ਜੀ ਏਰੀਆ ਹੈਗਾ ਬਿਰਦਾ ਬਾਗਾ ਪੁਰਾਣਾ ਵੀਰ ਦਾ ਏਰੀਆ ਜੀ ਡਿਸਟ੍ਰਿਕਟ ਮੋਗਾ ਜੀ ਤੇ ਬਾਕੀ ਇੰਜਨ ਗੇਅਰ ਲਿਫਟ ਪੰਪ ਦਾ ਫੁੱਲ ਓਕੇ ਹੈ ਜੀ ਰੇਟ ਵੀ ਇਹਨੇ ਰੱਖਿਆ ਜੀ 2 ਲੱਖ 20000 ਰੁਪਏ ਰੇਟ ਰੱਖਿਆ ਵੀ ਨੇ 2 ਲੱਖ 20000 ਰੁਪਏ ਜੀ ਕੰਟੈਕਟ ਨੰਬਰ ਸਕਰੀਨ ਉੱਪਰ ਸ਼ੋਰ ਹੈ ਜੀ ਕੰਟੈਕਟ ਤੇ ਨੰਬਰ ਸਕਰੀਨ ਉੱਪਰ ਜਿਹੜਾ ਜੀ ਕੰਟੈਕਟ ਕਰਕੇ ਜੀ ਫਾਰਮ ਟਰੈਕ 60 ਟਰੈਕਟਰ ਖਰੀਦ ਸਕਦੇ ਹਾਂ ਤੇ ਜਿਹੜੇ ਬੰਦਾਂ ਦੇ ਚਾਹਵਾਂ ਨੇ ਪੱਕੀ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਜੀ ਫੋਟੋਆਂ ਸਕਰੀਨ ਤੇ ਸ਼ੋਰੀਆਂ ਨੇ ਵਧੀਆ ਹੋ ਕੇ ਕੰਡੀਸ਼ਨ ਚ ਟਾਇਰ ਪਏ ਨੇ ਲਗਭਗ ਬਦਿਆ ਓਕੇ ਕਢਿਸ਼ਾਂ ਚ ਟਾਇਰ ਪੈਨੇ ਜੀ ਬਾਕੀ ਅੰਦਾਜ਼ਾ ਲਾ ਸਕਦਾ ਹਾਂ ਜੀ ਕਿੰਨੇ ਕ ਪਰਸੈਂਟ ਟਾਇਰ ਪੈਨੇ ਬਾਕੀ ਆਲ ਓਰੀਜਨਲ ਪੇਂਟ ਆ ਜੀ ਕਿਤੋਂ ਕੋਈ ਦੁਬਾਰਾ ਪੇਂਟ ਨਹੀਂ ਕਰਾਇਆ ਵੇਰਦਾ ਤੇ ਬਾਡੀ ਚਸੇ ਲੈਂਕਾਂ ਦਾ ਪੇਂਟ ਨਾਲ ਦਾ ਜੀ ਬਾਕੀ ਕਿਤੋਂ ਕੋਈ ਮਰਗਿਆਟ ਗਾਲੇ ਸੜੇ ਨਹੀਂ ਜੀ ਬਦਿਆ ਓਕੇ ਕਢੀਸ਼ਾਂ ਚ ਮਰਗਿਆਟ ਪੈਨੇ ਜੀ ਤੇ ਐਸੇ ਵੀਰ ਲਵੇ ਜੀ ਗੱਦ ਲੰਘ ਗਿਆ ਅਤੀ ਐਸੇ ਵੀਰ ਲਾਵੀ ਜੀ ਰੋਟਾਵੀਟਰ ਬਕਾ ਹੋਆ ਜੀ ਪੀਮ ਕੰਪਨੀ ਦਾ ਰੋਟਾਵੀਟਰ ਆ 7 ਫੁੱਟਾ ਰੋਟਾਵੀਟਰ ਆ ਜੀ ਮੋੜ ਦੀ ਗੱਲ ਕਰੀਏ 2011 ਮਾਡਲ ਆ ਜੀ ਆਲ ਓਰੀਜਨਲ ਪੇਂਟ ਆ ਜੀ ਤੇ ਕੰਡੀਸ਼ਨ ਦੇਖ ਸਕਦੇ ਜੀ ਇੱਕ ਐਕਸੀਡੈਂਟ ਤਬੀਲੋ ਗਈ ਹੋਈ ਆ ਮਸ਼ੀਨ ਸਮੇਤ ਆ ਜੀ ਰੋਟਾਵੀਟਰ ਤੇ ਲੈ ਸਮੇਂ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਜੀ ਕਿਤੇ ਕੋਈ ਬਾਜ ਨਹੀਂ ਆ ਕਿ ਮਾਲਕ ਵੱਲੋਂ ਫੁੱਲ ਗਾਰੰਟੀ ਆ ਜੀ 7 ਫੁੱਟਾ ਰੋਟਾਵੀਟਰ ਆ ਜੀ 2011 ਮਾਡਲ ਆ ਜੀ ਪੀਮ ਕੰਪਨੀ ਦਾ ਤੇ ਇੱਕ ਸਾਈਡਡ ਤਵੀ ਲੱਗੀ ਹੋਇਆ ਮਸ਼ੀਨ ਲੱਗੀ ਹੋਇਆ ਜੀ ਤੇ ਵਰਕਿੰਗ ਚ ਬਾਕੀ ਫਾਲਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਫੋਟੋ ਸਕਰੀਨ ਤੇ ਸ਼ੋਰੀਆਂ ਨੇ ਜੀ ਜਜਮੈਂਟ ਲਾ ਸਕਦੇ ਹੋ ਜੀ ਫਾਲਾਂ ਦੀ ਸੱਚੇ ਡਬਲ ਸਾਈਡਡ ਤਵੀ ਆ ਜੀ ਪਹਿਲਾਂ ਦੇਖਣਾ ਪਊ ਲੱਗੇ ਵੀਰਾ ਇੱਕ ਸਾਈਡਡ ਤਵੀ ਦੇਖ ਕੇ ਤੇ ਡਬਲ ਸਾਈਡਡ ਤਵੀ ਆ ਜੀ ਰੇਟ ਵੀ ਇਨੇ ਰੱਖਿਆ ਜੀ 70000 ਰੁਪਏ ਰੇਟ ਰੱਖਿਆ ਵੀ ਇਨੇ 70000 ਰੁਪਏ ਜੀ ਕੰਟੈਕਟ ਨੰਬਰ ਵੀਰ ਦਾ ਕਰੋਨੋਡ ਜੀ ਸਕਰੀਨ ਉੱਪਰ ਸ਼ੋਰ ਹੈ ਜੀ ਕੰਟੈਕਟ ਨੰਬਰ ਸਕਰੀਨ ਉਪਰ ਚੋਰਾ ਜੀ ਕੰਟੈਕਟ ਕਰਕੇ ਜੀ ਰੂਟਾਵੇਟਰ ਖਰੀਦ ਸਕਦੇ ਹੋ ਜੀ ਜਿਹੜੇ ਵੀ ਲੈਣ ਦੇ ਚਾਵਾਂ ਨੇ ਬਾਕੀ ਆਡ ओरिजिनल ਪੇਂਟਾ ਜੀ ਕਿਤੇ ਕੋਈ ਦੁਬਾਰਾ ਪੇਂਟ ਨਹੀਂ ਕਰਾਇਆ ਰੂਟਾਵੇਟਰ ਤੇ 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 ਭਾਈ ਵੀਡੀਓ ਬਣਾਉਣ ਚ ਭਾਈ ਬਹੁਤ ਮਿਹਨਤ ਲੱਗਦੀ ਹੈ ਕਿਰਪਾ ਕਰਕੇ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਵੱਧ ਤੋਂ ਵੱਧ ਕਰਿਓ ਜੀ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਸਬਸਕ੍ਰਾਈਬ ਕਰ ਲਓ ਜੀ ਬਾਕੀ ਤੁਸੀਂ ਆਪਾਂ ਦਾ ਅੰਦਾਜ਼ਾ ਲਾ ਸਕਦੇ ਹੋ ਜੀ ਜਿਆਦਾ ਵੀਡੀਓ ਸਟਾਰਟ ਕਰੀਆ ਜੀ 1 ਮਿੰਟ ਵੀ ਰੋਕ ਕੇ ਸਾਹ ਨਹੀਂ ਲਿਆ ਤੇ ਲਗਾਤਾਰ ਚੱਲ ਰਿਹਾ ਬਈ ਕਿਰਪਾ ਕਰਕੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲੋ ਜੀ ਵੱਧ ਤੋਂ ਵੱਧ ਵੀਰ ਐਡਾ ਸੈਂਡ ਕਰਨ ਦੀ ਕੋਸ਼ਿਸ਼ ਕਰਿਆ ਕਰੋ ਜੀ ਤੇ ਵੀਡੀਓ ਨੂੰ ਲੰਬੀ ਨਹੀਂ ਕਰਦੇ ਜੀ ਕਈ ਬਹੁਤ ਸਕਿਪ ਕਰਕੇ ਵੀਡੀਓ ਨੂੰ ਦੇਖ ਰਹੇ ਨੇ ਦੇਦੇ ਨਹੀਂ ਜੀ ਗੀਆਂ ਦੇਖ ਹੀ ਰਹੇ ਨੇ ਤੇ ਤੇ ਡਿਸਕ੍ਰਿਪਸ਼ਨ ਵਿੱਚ ਸੋਸ਼ਲ ਮੀਡੀਆ ਲਿੰਕ ਦਿੱਤੇ ਹੋਏ ਨੇ ਜੀ ਇੱਕ ਵਾਰੀ ਤੁਸੀਂ ਜਰੂਰ ਜਾ ਕੇ ਵਿజిਟ ਕਰੋ ਜੀ Facebook ਦੇ ਵੀ ਪੇਜ ਦਿੱਤਾ ਹੈ ਜੀ ਜਾ ਕੇ ਤੁਸੀਂ ਇੱਕ ਵਾਰੀ ਲਿੰਕ ਦਿੱਤੀ ਹੋਈ ਹੈ ਜੀ ਬਾਕੀ ਵਿజిਟ ਜਰੂਰ ਕਰੋ ਜੀ ਬਾਕੀ ਫੋਲੋ ਲਾਈਕ ਕਰਨਾ ਉਹ ਤੁਹਾਡੀ ਮਰਜ਼ੀ ਹੈ ਜੀ ਅੱਗੇ ਸੇਲਵਾ ਤੇ ਲੈ ਕੇ ਆਂ ਜੀ ਸਵਰਾਜ 855 AP 478 ਟਰੈਕਟਰ ਬਕਿਆ ਹੋਇਆ ਜੀ ਮਾਡਲ ਦੀ ਗੱਲ ਕਰੀਏ 2015 ਮਾਡਲ ਹੈ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਟਾਇਰ ਨੇ ਜੋ ਟਰੈਕਟਰ ਦੇ ਜੀ 50 60% ਟਾਇਰ ਪਏ ਨੇ ਜੀ ਓਕੇ ਕੰਡੀਸ਼ਨ ਦੇ ਟਾਇਰ ਪਏ ਨੇ ਏਰੀਆ ਦਾ ਬਿਰਦਾ ਜਲਾਲਾਬਾਦ ਵੀਰ ਦਾ ਏਰੀਆ ਜੀ ਕੰਡੀਸ਼ਨ ਦੇਖ ਸਕਦੇ ਹੋ ਪਾਵਰ ਸਟੀeringਾ ਜੀ ਸੈਂਟਰ ਗੇਅਰਾ ਡਬਲ ਕਲੱਚਾ ਜੀ ਰਿਵਰਸ ਪੀਡੀਓ ਨਾਲ ਆ ਜੀ ਡਬਲ ਡਿਸਟ੍ਰਿਬਿਊਟਰ ਆ ਜੀ ਸਿੰਪਲ ਛਤਰੀ ਲੱਗੀ ਹੋਈ ਆ ਜੀ ਬਾਕੀ ਮੂਰਲੇ ਟਾਇਰਾਂ ਤੇ ਜੀ ਮਰਗਿਆਟ ਲੱਗੇ ਹੋਏ ਨੇ ਜੀ ਬਾਕੀ ਓਕੇ ਕੰਡੀਸ਼ਨ ਚ ਪਿਆ ਲੈ ਸਮੇਂ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਕਿਤੇ ਕੋਈ ਕਮੀ ਨਹੀਂ ਕਿ ਜੀ ਫੁੱਲ ਓਕੇ ਕੰਡੀਸ਼ਨ ਚ ਪਿਆ ਤੇ ਬਾਡੀ ਜਿਸੀ ਲੰਕਾਂ ਦਾ ਪੇਟ ਨਾਲ ਦੀ ਆ ਬਾਈ ਕਿਤੇ ਟੋਟਲੀ ਆਲ ਓਰਿਜਨਲ ਟਰੈਕਟਰ ਆ ਜੀ ਨਾਲ ਦੀ ਪੇਟ ਆ ਜੀ ਕਿਤੇ ਕੋਈ ਦੁਬਾਰਾ ਪੇਟ ਨਹੀਂ ਕਰਾਇਆ ਹੋਇਆ ਫਿਰਦਾ ਬਾਕੀ ਟੋਟਲੀ ਅਲ ਓਰੀਜਨਲ ਪਿਆ ਬਾਕੀ ਇੰਜਨ ਗੇਅਰ ਲਿਫਟ ਪੰਪ ਦਾ ਫੁੱਲ ਓਕੇ ਆ ਜੀ ਰੇਟ ਵੀ ਨੇ ਰੱਖਿਆ 4,70,000 ਰੁਪਏ ਰੇਟ ਰੱਖਿਆ ਵੀ ਨੇ 4,70,000 ਰੁਪਏ ਜੀ ਕੰਟੈਕਟਰ ਨੰਬਰ ਸਕਰੀਨ ਉੱਪਰ ਸ਼ੋ ਹੋ ਰਿਹਾ ਕੰਟੈਕਟਰ ਨੂੰ ਤੁਸੀਂ ਨੋਟ ਨੰਬਰ ਨੂੰ ਤੁਸੀਂ ਨੋਟ ਕਰਕੇ ਵੀਰਣਾ ਕੰਟੈਕਟ ਕਰਕੇ ਜੀ 4855 ਐਫੀ 4 ਸਟਾਰੀ ਟ੍ਰੈਕਟਰ ਖਰੀਦ ਸਕਦੇ ਹੋ ਜੀ ਕਿਰਪਾ ਕਰਕੇ ਵੀਡੀਓ ਨੂੰ ਲਗਾਤਾਰ ਜਰੂਰ ਦੇਖਿਆ ਕਰੋ ਜੀ ਬਾਤ ਤੋਂ ਬਾਤ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਜੀ ਅੱਗੇ ਸੇਲ ਬਾਤੇ ਲੈ ਕੇ ਆਂ ਜੀ ਸਟੈਂਡਰਡ 450 ਡੀਆਈ ਟਰੈਕਟਰ ਪਕਾਊਗਾ ਜੀ ਤੇ ਮਾਡਲ ਦੀ ਗੱਲ ਕਰੀਏ ਜੀ 2005 ਮਾਡਲ ਹੈ ਜੀ ਆਲ ਓਰੀਜినਲ ਟਰੈਕਟਰ ਪਿਆ ਏਰੀਆ ਹੈਗਾ ਬਿਰਦਾ ਰਾਮੀ ਆਣਾ ਵੀਰ ਦਾ ਏਰੀਆ ਜੀ ਕਿਰਪਾ ਕਰਕੇ ਜੋ ਵੀ ਵੀਰ ਦਾ ਏਰੀਆ ਸੈਂਡ ਕਰਦਾ ਹੁੰਦਾ ਕਿਰਪਾ ਕਰਕੇ ਜ਼ਿਆਦਾ ਡਿਸਿਕ ਜਾਂ ਤਹਿਸੀਲ ਸੈਂਡ ਕਰਿਆ ਕਰੋ ਬਾਈ ਕਿਉਂ ਪਿੰਡ ਨਾ ਪਿੰਡ ਦਾ ਨਾ ਦੱਸਦੇ ਨੇ ਬਾਈ ਉਹਦਾ ਪਤਾ ਨਹੀਂ ਲੱਗਦਾ ਤੇ ਕਿਰਪਾ ਕਰਕੇ ਵੀਰ ਜਾ ਡਿਸਟ੍ਰਿਕਟ ਜਾਂ ਤਹਿਸੀਲ ਦਾ ਨਾਮ ਦੱਸਿਆ ਕਰੋ ਜੀ ਏਰੀਆ ਵਿੱਚ ਤੇ ਰੇਟ ਵੀ ਨੇ ਰੱਖਿਆ ਜੀ 3 ਲੱਖ ਰੁਪਏ ਰੇਟ ਰੱਖਿਆ ਜੀ ਤੇ ਦੇਖ ਸਕਦੇ ਹੋ ਜੀ ਕੰਡੀਸ਼ਨ ਦੇਖ ਸਕਦੇ ਹੋ ਫੋਟੋ ਸਕਰੀਨ ਤੇ ਸ਼ੋਰੀਆਂ ਨੇ ਜੀ ਸਿੰਪਲ ਛਤਰੀ ਨਾਲਾ ਜੀ ਨਾਲ ਸਿੰਪਲ ਸਟੀering ਨਾਲਾ ਜੀ ਸਿੰਗਲ ਕਲੱਚ ਹੈ ਸ਼ਾਇਦ ਲਗਭਗ ਬਈ ਪੱਕਾ ਨਹੀਂ ਕਹਿ ਸਕਦੇ ਤੇ ਸਿੰਪਲ ਸਟੀering ਨਾਲਾ ਜੀ ਸਿੰਗਲ ਕਲੱਚ ਹੈ ਤੇ ਸੈਂਟਰ ਗੇਅਰ ਟਰੈਕਟਰ ਆ ਜੀ ਬਾਡੀ ਚਾਸੀ ਲੇਕਾ ਦਾ ਪੇਟ ਨਾਲ ਦਾ ਜੀ ਬਾਕੀ ਟੋਟਲੀ ਆਲ オリジナル ਪਿਆ ਕਿਤੇ ਕੋਈ ਗਰਮਣੀ ਹੁੰਦਾ ਟਰੈਕਟਰ ਬਾਈ ਓਕੇ ਕੰਡੀਸ਼ਨ ਚ ਪਿਆ ਲੈ ਸਮੇਂ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਜੀ ਕਿਤੇ ਕੋਈ ਕਮੀ ਨਹੀਂ ਹੈਗੀ ਮਾਲਕ ਵੱਲੋਂ ਫੁੱਲ ਗਾਰੰਟੀ ਹੈ ਜੀ ਆਲ オリジナル ਪੇਂਟ ਆ ਜੀ ਟਰੈਕਟਰ ਤੇ ਰੇਟ ਵੀ ਇਹਨਾਂ ਰੱਖਿਆ ਜੀ 3 ਲੱਖ ਰੁਪਏ ਕੰਟੈਕਟਰ ਨੰਬਰ ਸਕਰੀਨ ਉੱਪਰ ਸ਼ੋ ਰਿਹਾ ਪਰ ਨਾਲ ਤੁਸੀਂ ਕੰਟੈਕਟ ਕਰਕੇ ਜੀ ਸਟੈਂਡਰਡ 450 DI ਟਰੈਕਟਰ ਖਰੀਦ ਸਕਦੇ ਹੋ ਜੀ ਜਿਹੜੇ ਵੀ ਲਾਂਦੇ ਚਾਵਾ ਨੇ ਤੇ ਕਿਰਪਾ ਕਰਕੇ ਭਾਈ ਹੱਥ ਜੋੜ ਕੇ ਚਲੋ ਸੁਣਨੇ ਵਾਕੀ ਖੜੇ ਦਿੱਤੀ ਹੋ ਜਿਹੜੇ ਵੀਰਾਂ ਨੇ ਤੇ ਵੱਤਵਾ ਦੀ ਵੀਰਿਆ ਨੂੰ ਸ਼ੇਅਰ ਕਰੋ ਜੀ ਕਿਰਪਾ ਕਰਕੇ ਵੀਡੀਓ ਨੂੰ ਵੱਤਵਾ ਬਾਦ ਸ਼ੇਅਰ ਕਰਨਾ ਨਾ ਨਾ ਭੁੱਲੋ ਜੀ ਤੇ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤਾਂ ਜੋ ਆਉਣ ਵਾਲੀ ਹਰੇਕ ਨਈਆਂ ਨੇ ਨਵੀਆਂ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਮਿਲਦੇ ਆਪਾਂ ਇੱਕ ਹੋਰ ਵੀਡੀਓ ਨਾਲ ਜੀ ਸਸਰੇ ਘਰ ਜੀ ਰੱਬ ਰਾਖਾ ਕਿਰਪਾ ਕਰਕੇ ਸ਼ੇਅਰ ਕਰਨ ਦੀ ਕੋਸ਼ਿਸ਼ ਮਤ ਤੋਂ ਵੱਧ ਕਰਿਓ ਜੀ ਧੰਨਵਾਦ ਜੀ ਮਿਲਦੇ ਆਪਾਂ ਇੱਕ ਹੋਰ ਵੀਡੀਓ ਨਾਲ ਸਸਰੇ ਘਰ ਜੀ ਰੱਬ ਰਾਖਾ ਓਕੇ ਬਾਈ ਟਾਟਾ ਧੰਨਵਾਦ